ਅਸੀਂ ਕਿੱਥੇ ਸੀ? ਹਾਂ 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 ਸ਼ਾਹ ਜੀ, ਹਾਂਜੀ ਸ਼ਾਹ ਜੀ ਬੋਲੋ, ਕੁਛ ਤਾਂ ਬੋਲੋ ਸ਼ਾਹ ਜੀ, ਕੁਛ ਤਾਂ ਬੋਲੋ। ਇਹਨੇ ਕੀ ਬੋਲਣਾ ਜੱਜ ਸਾਹਿਬ, ਘਰਾੜੇ ਮਾਰ ਮਾਰ ਮੇਰਾ ਜੀਣਾ ਹਰਾਮ ਕੀਤਾ ਪਿਆ। ਹੁਣ ਤਾਂ ਮੈਨੂੰ ਇਹ ਨਹੀਂ ਪਤਾ ਕਿ ਚੈਨ ਦੀ ਨੀਂਦਰ ਮੈਂ ਕਦੋਂ ਸੁੱਤੀ ਸੀ। ਕੰਨਾਂ 'ਚ ਰੂਪ ਆਇਆ, ਪੱਟੀਆਂ ਬੰਨੀਆਂ, ਸਭ ਫੇਲ ਹੋ ਗਿਆ। ਇੰਨੀ ਉੱਚੀ ਆਵਾਜ਼ ਆਉਂਦੀ ਜੱਜ ਸਾਹਿਬ, ਮੇਰੇ ਘਰ 'ਚ ਤਾਂ ਡੰਗਰ ਵੀ ਸੌਂ ਨਹੀਂ ਪਾਉਂਦੇ। ਹਰ ਹੱਦ ਪਾਰ ਹੋ ਗਈ, ਮੇਰਾ ਇਸ ਤੋਂ ਪਿੱਛਾ ਛੁੜਾ ਜੱਜ ਸਾਹਿਬ। ਤੁਹਾਡੀ ਵੀ ਕੋਈ ਪ੍ਰੋਬਲਮ ਸੀ? ਹੁਣ ਬੋਲ, ਬੋਲਦਾ ਕਿਉਂ ਨਹੀਂ? ਤੂੰ ਬੋਲਣ ਜੋਗਾ ਛੱਡਿਆ ਹੀ ਨਹੀਂ ਮੋਟੋ, ਤੇਰੀਆਂ ਕਰਤੂਤਾਂ ਕਰਕੇ ਕਚਹਿਰੀਆਂ ਜਾ ਗਏ। ਜੱਜ ਸਾਹਿਬ, ਮੇਰੀ ਪ੍ਰੋਬਲਮ ਇਹਦੀ ਪ੍ਰੋਬਲਮ ਨਾਲੋਂ ਜ਼ਿਆਦਾ ਵੱਡੀ ਆ। ਮੈਂ ਤੁਹਾਨੂੰ ਦੱਸਦਾ ਜੱਜ ਸਾਹਿਬ, ਇਹ ਸਾਰੀ ਸਾਰੀ ਰਾਤ ਗੈਸ ਛੱਡਦੀ ਆ ਜੱਜ ਸਾਹਿਬ। ਮੈਂ ਹਜ਼ਾਰਾਂ ਦੇ ਇੱਧਰ ਬੈੱਡ 'ਤੇ ਛਿੜਕਾਉਂਦਾ ਆ, ਅਤੇ ਇਹਦੀ ਟਕੇ ਦੀ ਛੱਡੀ ਗੈਸ ਮੇਰੇ ਹਜ਼ਾਰਾਂ ਦੇ ਛਿੜਕਾਏ ਇੱਧਰਾਂ 'ਤੇ ਭਾਰੀ ਪੈ ਜਾਂਦੀ ਆ। ਮੈਂ ਕਿਹਾ ਜੱਜ ਸਾਹਿਬ, ਮੇਰੀ ਬੇਨਤੀ ਆ, ਜੇ ਇਹਨੇ ਗੈਸ ਹੀ ਛੱਡਣੀ ਆ ਤੇ ਐਲ ਪੀ ਜੀ ਛੱਡੇ, ਬੰਦਾ ਦੋ ਚਾਰ ਸਿਲੰਡਰ ਹੀ ਭਰਾ ਲੈਂਦਾ। ਜੱਜ ਸਾਹਿਬ, ਆਰਡਰ 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 ਆਰਡਰ। ਜੱਜ ਸਾਹਿਬ, ਮੈਂ ਤੁਹਾਨੂੰ ਕੀ ਦੱਸਾਂ, ਮੈਨੂੰ ਤਾਂ ਸੁੱਤੇ ਨੂੰ ਇੱਦਾਂ ਫੀਲ ਹੋਣ ਡਿਆ ਹੁੰਦਾ ਜਿਵੇਂ ਮੈਂ ਘਰ 'ਚ ਨਹੀਂ ਸੁੱਤਾ, ਕਿਸੇ ਗੱਟਰ 'ਚ ਸੁੱਤਾ ਪਿਆ ਹੁੰਦਾ। ਜੱਜ ਸਾਹਿਬ, ਹੁਣ ਮੇਰੀ ਇੱਕ ਗੱਲ ਹੋਰ ਸੁਣਿਓ, ਹੁਣ ਤੁਸੀਂ ਆਹ ਦੇਖੋ, ਜਦੋਂ ਇਹ ਗੈਸ ਛੱਡਦੀ ਆ ਮੇਰੀ ਪਟਾਕੇ ਦੇ ਨੱਕ ਖੁੱਲ ਜਾਂਦੀ ਆ। ਹੁਣ ਤੁਸੀਂ ਦੱਸੋ ਜੱਜ ਸਾਹਿਬ, ਕਿ ਇਸ ਕਲਹਿਣੀ ਦਾ ਦੁੱਖ ਵੱਡਾ ਕਿ ਮੇਰਾ ਵੱਡਾ? ਨਾ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਆਪਦੀ ਜਨਾਨੀ ਨੂੰ ਇਹ ਬੋਲਦਾ ਹੈ? ਤੇਰੇ ਕਰਕੇ ਮੈਨੂੰ ਕਚਹਿਰੀ 'ਚ ਖੜਨਾ ਪੈਂਦਾ। ਤੇਰੇ ਕਰਕੇ ਆਇਆ ਮੋਟੋ, ਤੇਰੇ ਕਰਕੇ ਤੈਨੂੰ ਮੈਂ ਦੱਸਾਂ? ਚੁੱਪ ਕਰ, ਤੈਨੂੰ ਮੈਂ ਦੱਸੂ ਚੰਗੀ ਤਰ੍ਹਾਂ। ਚੁੱਪ ਕਰ, ਮੂੰਹ ਬੰਦ। ਜੱਜ ਸਾਹਿਬ, ਗੈਸ ਮੇਰੇ ਹੱਥ 'ਚ ਥੋੜੀ ਹੈ, ਨਿਕਲ ਗਈ ਤਾਂ ਨਿਕਲ ਗਈ। ਤੇ ਮੋਟੋ, ਘਰਾੜੇ ਮੇਰੇ ਹੱਥ 'ਚ? ਜੱਜ ਸਾਹਿਬ, ਆਫਟਰ ਆਲ ਫੇਫੜੇ ਤਾਂ ਨਹੀਂ ਸਾੜਦੇ? ਕੀ ਮਜ਼ਾਕ ਬਣਾਇਆ ਹੋਇਆ ਤੁਸੀਂ? ਇੰਨੀਆਂ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਤੁਸੀਂ ਕੋਰਟ 'ਚ ਆ ਗਏ? ਉਹ ਕੁਛ ਬਰਦਾਸ਼ਤ ਕਰਨਾ ਵੀ ਸਿੱਖੋ। ਸ਼ਾਜੇ, ਮੇਰੇ ਕੋਲ ਇੱਕ ਸੋਲੂਸ਼ਨ ਹੈ, ਤੁਸੀਂ ਆਪਣੇ ਨੱਕ 'ਤੇ ਪੱਟੀ ਬੰਨ ਲਓ, ਖਰਾੜਿਆਂ ਦੀ ਆਵਾਜ਼ ਬੰਦ ਹੋ ਜਾਏਗੀ। ਕੈਮਿਸਟ ਕੋਲ ਮਿਲ ਜਾਏਗੀ ਪੱਟੀ, 100% ਰਿਜ਼ਲਟ ਪੱਕਾ, ਠੀਕ ਹੈ? ਜੱਜ ਸਾਹਿਬ, ਮੈਂ ਤਾਂ ਨੱਕ 'ਤੇ ਪੱਟੀ ਬੰਨ ਲਾਂਗਾ, ਇਹਨਾਂ ਦੀ ਗੈਸ ਰੋਕਣ ਦਾ ਵੀ ਕੋਈ ਸੋਲੂਸ਼ਨ ਲੱਭੋ। ਮੇਰਾ ਮਜ਼ਾਕ ਬਣਾਇਆ ਤੁਸੀਂ, ਹੈ ਤੁਹਾਨੂੰ ਸ਼ਰਮ ਨਹੀਂ ਆਉਂਦੀ? ਆਰਡਰ ਆਰਡਰ ਆਰਡਰ, ਬਸ ਹੋ ਗਿਆ। ਘੱਟੋ ਘੱਟ ਆਪਣੀ ਉਮਰ ਦਾ ਤਾਂ ਲਿਹਾਜ਼ ਕਰੋ, ਕਿਉਂ ਨਿਆਣਿਆਂ ਤੋਂ ਡਰੀ ਜਾਂਦੇ? ਮੈਂ ਤਰਕੀਬ ਦੱਸ ਦਿੱਤੀ ਹੈ ਤੁਹਾਨੂੰ, ਹੋਰ ਕੋਈ ਗੱਲ ਨਹੀਂ ਸੁਣਨੀ ਮੈਂ ਤੁਹਾਡੀ ਦੋਨਾਂ ਦੀ। ਅਗਲੀ ਤਰੀਕ 'ਤੇ ਦੇਖਾਂਗੇ ਕਿ ਕੋਈ ਹੱਲ ਨਿਕਲਿਆ ਕਿ ਨਹੀਂ। ਤੁਹਾਡੀ ਅਗਲੀ ਤਰੀਕ ਅਗਲੇ ਮਹੀਨੇ ਦੀ 16 ਨੂੰ ਪਈ ਹੈ, ਠੀਕ ਹੈ? ਨੈਕਸਟ ਕੇਸ, ਗੁੰਜਨ ਕੌਰ ਵਰਸਿਸ ਰਣਬੀਰ ਸਿੰਘ। ਜੱਜ ਸਾਹਿਬ, ਮੈਂ ਭਗਵਾਨ ਸਿੰਘ ਅਤੇ ਇਹ ਨੇ ਮੇਰੇ ਕਲਾਇੰਟ ਮਿਸਟਰ ਰਣਬੀਰ ਸਿੰਘ। ਸਰ, ਮੈਂ ਈਸ਼ਵਰ ਜੀ ਅਤੇ ਮੈਂ ਗੁੰਜਨ ਕੌਰ ਹੋਰਾਂ ਦਾ ਕੇਸ ਦੇਖ ਰਿਹਾ। The court is adjourned for lunch. ਤੁਸੀਂ ਜ਼ਰਾ ਇੱਕ ਮਿੰਟ ਸੁਣੋ, ਤੁਹਾਡਾ ਨਵਾਂ ਕੇਸ ਹੈ, ਨਵੀਂ ਹੀਅਰਿੰਗ, 20 ਦਿਨਾਂ ਬਾਅਦ ਤੁਹਾਡੇ ਕੇਸ ਦੀ ਸੁਣਵਾਈ ਹੈਗੀ ਹੈ, ਠੀਕ ਹੈ? ਤਾਰੀਖ ਤੇ ਤਾਰੀਖ, ਤਾਰੀਖ ਤੇ ਤਾਰੀਖ, ਤਾਰੀਖ ਤੇ ਤਾਰੀਖ, ਤਾਰੀਖ ਤੇ ਤਾਰੀਖ, ਇਨਸਾਫ ਤਾਂ ਕਦੇ ਮਿਲਿਆ ਹੀ ਨਹੀਂ, ਮਿਲਿਆ ਤਾਂ ਬਸ ਤਾਰੀਖ। ਹੁਣ ਇਹਨੂੰ ਕੀ ਹੋ ਗਿਆ? ਸਰ, ਇਹਦੇ ਕੋਲ ਧੱਕਾ ਹੁੰਦਾ ਦੇਖਿਆ ਨਹੀਂ ਜਾਂਦਾ ਜੀ, ਇਸ ਲਈ ਇਹਦੇ ਵਿੱਚ ਸਨੀ ਲਿਓਨ ਦੀ ਸਨੀ ਦਿਓਲ ਦੀ ਆਤਮਾ ਆ ਜਾਂਦੀ ਹੈ ਜੀ। ਪਰ ਇੱਥੇ ਕਿਹਦੇ ਨਾਲ ਧੱਕਾ ਹੋ ਰਿਹਾ ਹੈ? ਇਹਨਾਂ ਨਾਲ ਸਰ, ਜਿਨ੍ਹਾਂ ਨੂੰ ਤਾਰੀਖ ਤੇ ਤਾਰੀਖ ਮਿਲ ਰਹੀ ਹੈ। ਪਰ ਇਹ ਤਾਂ ਕੋਰਟ ਦਾ ਪ੍ਰਸ਼ਾਦ ਹੈ। ਜੱਜ ਸਾਹਿਬ, ਫਿਰ ਇਹਨਾਂ ਪ੍ਰਸ਼ਾਦ ਬਣਾਉਣ ਦੀ ਕੀ ਲੋੜ ਹੈ, ਜਿਹੜਾ ਹਰ ਤਰੀਕ ਤੇ ਬੇਹੀ ਵੰਡਣਾ ਪੈ ਜੇ। ਹੁਣ ਇਹਦੇ 'ਚ ਬੇਨੂੰ ਢਿੱਲੋਂ ਦੀ ਆਤਮਾ ਆ ਗਈ ਜੀ। ਉਹ ਨਹੀਂ ਨਹੀਂ, ਤਾਰੀਖ ਤੇ ਤਾਰੀਖ ਤਾਂ ਸੋਚ ਵਿਚਾਰ ਕਰਨ ਲਈ ਦਿੱਤੀ ਜਾਂਦੀ ਹੈ, ਤਾਂ ਕਿ ਹਲੇ ਵੀ ਵਕਤ ਹੈ, ਇੱਕ ਹੋ ਜਾਓ। ਅੱਡ ਤਾਂ ਕੋਰਟ ਨੇ ਕਰ ਹੀ ਦੇਣਾ ਹੈ। ਹਜ਼ੂਰ, ਮਾਫ਼ੀ ਚਾਹੂੰਗਾ, ਲੋਕ ਸੋਚ ਵਿਚਾਰ ਕੇ ਅਤੇ ਜਦੋਂ ਅੱਤ ਹੋ ਜਾਂਦੀ ਹੈ ਫੇਰ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਆ ਕੇ। ਹੁਣ ਇਹਦੇ 'ਚ ਕੌਣ ਵੜ ਗਿਆ? ਮਰਦਾਨਗੀ ਵੜ ਗਈ ਜੀ। ਮਤਲਬ ਪਹਿਲਾਂ ਇਹ ਜਨਾਨਾ ਸੀ? ਕਾਕਾ,
ਇੱਥੇ ਕਾਮੇ ਵਕੀਲਾਂ ਦੀ ਤਰ੍ਹਾਂ ਕੰਮ ਕਰੋ, ਨਹੀਂ ਤਾਂ ਕੋਰਟ ਚੋਂ ਕੱਢੇ ਵਕੀਲਾਂ ਦੀ ਲਿਸਟ ਵਿੱਚ ਨਾਮ ਵਾੜ ਦਿਆਂਗਾ। ਜਾ ਸਾਹਿਬ, ਮੈਂ ਤਾਂ ਬਸ ਥੋੜਾ ਰੰਗ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜੀ। ਬੱਲੇ ਬੱਲੇ ਬੱਲੇ, ਸ਼ਾਬਾਸ਼ੀ ਕਲਾਕਾਰ ਸਾਹਿਬ, ਅਖਾੜਾ ਲੱਗਿਆ ਇੱਥੇ ਤੇ ਦਰਸ਼ਕ ਬੈਠੇ ਹੈ, ਹੈ ਨਾ? ਨਹੀਂ ਨਹੀਂ ਸਰ, ਉਹ ਗੱਲ ਇੱਦਾਂ ਵੀ ਮੈਂ ਕੋਰਟ ਦਾ ਵਾਤਾਵਰਨ ਸ਼ੁੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਵਾਹ, ਬਹੁਤ ਵਧੀਆ ਵਾਤਾਵਰਨ ਸ਼ੁੱਧ ਕੀਤਾ ਹੈ ਤੁਸੀਂ, ਪਰ ਜੇ ਦੁਬਾਰਾ ਇੱਦਾਂ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੇਰੀ ਜ਼ਿੰਦਗੀ ਦੇ ਵਿੱਚ ਪ੍ਰਦੂਸ਼ਣ ਭਰ ਦਾਂਗਾ, ਸਮਝਿਆ? ਆ ਫੜ, ਚੀਅਰਸ। ਦੇਖ ਰਣਵੀਰ, ਮੇਰੀ ਤਾਂ ਤੈਨੂੰ ਇਹੀ ਸਲਾਹ ਹੈ ਕਿ ਤੂੰ ਅਤੇ ਤੇਰੀ ਪਤਨੀ ਆਪਸ ਵਿੱਚ ਸਮਝੌਤਾ ਕਰ ਲਓ। ਜ਼ਿਆਦਾਤਰ ਡਿਵੋਰਸ ਕੇਸਿਸ ਦੇ ਵਿੱਚ ਹੁੰਦਾ ਇਸੇ ਤਰ੍ਹਾਂ ਹੀ ਹੈ। ਇੱਧਰ ਤੂੰ ਮੇਰੇ ਕੋਲ ਪੈਸੇ ਲੁਟਾਈ ਜਾ ਰਿਹਾ, ਉੱਧਰ ਤੇਰੀ ਪਤਨੀ ਉਹਦੇ ਕੋਲ ਪੈਸੇ ਲੁਟਾਈ ਜਾ ਰਹੀ ਹੈ। ਥੱਕ ਹਾਰ ਕੇ ਕਰਨਾ ਤਾਂ ਸਮਝੌਤਾ ਹੀ ਪੈਣਾ, ਜਾਂ ਫਿਰ ਇੱਦਾਂ ਕਰ, ਥੋੜ੍ਹੇ ਜਿਹੇ ਪੈਸੇ ਹੋਰ ਲਾ, ਆਪਣੇ ਗਲ 'ਚੋਂ ਰੱਸਾ ਹੀ ਕਢਵਾ ਲੈ। ਗੱਲ ਪੈਸਿਆਂ ਦੀ ਨਹੀਂ ਭਾਅ ਜੀ, ਮੈਂ ਉਹਨੂੰ ਸਿੱਧਾ ਕਰਨਾ। ਉਹਦੀ ਹਿੰਮਤ ਕਿਵੇਂ ਹੋਈ ਮੇਰੇ 'ਤੇ ਕੇਸ ਕਰਨ ਦੀ? ਬਹੁਤ ਤੇਜ਼ ਬਣਦੀ ਹੈ ਨਾ ਉਹ, ਉਹਦੀ ਬੈਂਡ ਮੈਂ ਵਜਾਉਣੀ ਆ ਹੁਣ, ਤੁਸੀਂ ਮੈਨੂੰ ਦੱਸੋ ਕਰਨਾ ਕੀ ਆ? ਤੂੰ ਬਹੁਤ ਵੱਡੀ ਗਲਤੀ ਕਰ ਗਿਆ। ਮਤਲਬ ਤੈਨੂੰ ਘਰ ਦੇ ਵਿੱਚ ਰਹਿ ਕੇ ਉਹਦਾ ਬੈਂਡ ਵਜਾ ਦੇਣਾ ਚਾਹੀਦਾ ਸੀ, ਤੂੰ ਘਰ ਕਿਉਂ ਛੱਡਿਆ? ਪਰ ਮੈਨੂੰ ਤਾਂ ਭਾਈ ਸੱਦਣ ਉਹ ਘਰ ਛੱਡੇ ਨੂੰ, ਮੈਂ ਘਰ ਵਾਪਸ ਕਿਵੇਂ ਜਾਊਂਗਾ? ਦੇਖ ਰਣਵੀਰ, ਜਿੰਨਾ ਚਿਰ ਤੇਰੇ ਡਿਵੋਰਸ ਦਾ ਕੋਈ ਫੈਸਲਾ ਨਹੀਂ ਆ ਜਾਂਦਾ, ਉਨਾ ਚਿਰ ਤੈਨੂੰ ਕੋਈ ਵੀ ਤੇਰੇ ਘਰੋਂ ਆਉਣ ਜਾਣ ਤੋਂ ਨਹੀਂ ਰੋਕ ਸਕਦਾ। ਬਸ ਹੁਣ ਇੱਕ ਕੰਮ ਕਰ, ਜਾ ਕੇ ਆਪਣੇ ਘਰੇ ਆਪਣੇ ਘਰ ਵਾਲੇ ਦੀਆਂ ਖੁਸ਼ੀਆਂ ਨੂੰ ਅੱਗ ਲਾ ਦੇ। ਜਿਹੜਾ ਬੰਬ ਸੁੱਟ ਮਾਰ ਦੂਗਾ ਬੱਲੀਏ, ਤੇਰਾ ਬਾਪੂ ਲੰਘਦਾ ਨਹੀਂ। ਜਿਹੜਾ ਚੌਂਕ ਵਿੱਚ ਖੜੇ ਨੂੰ ਵੀ ਚੱਕ ਲੂ, ਤੇਰਾ ਭਾਈ ਲੰਘਦਾ ਨਹੀਂ। ਹਾਂ ਕੀ? ਕਿਉਂ, ਮੇਰਾ ਘਰ, ਮੈਂ ਅੰਦਰ ਆਉਣਾ? ਨਹੀਂ, ਚਲਾ ਜਾ, ਯਾ ਮੈਂ ਪੁਲਿਸ ਨੂੰ ਬੁਲਾਵਾ। ਮੈਂ ਡਰ ਗਿਆ। ਜਿਹੜਾ ਬੰਬ ਸੁੱਟ ਮਾਰ ਦੂਗਾ ਬੱਲੀਏ, ਤੇਰਾ ਬਾਪੂ ਐਲਾ ਦੇਖਦਾ ਨਹੀਂ। ਜਿਹੜਾ ਚੌਂਕ ਵਿੱਚ ਖੜੇ ਨੂੰ ਹੀ ਚੱਕ ਲੂ, ਤੇਰਾ ਭਾਈ ਕਰੇਂਦਾ ਨਹੀਂ। ਯਾਰ ਤੇਰਾ ਗਲੀ ਵਿੱਚ ਗੇੜੇ ਲਾਉਂਦਾ ਰਹੂੰਗਾ। ਠੋਕ ਦੂੰਗਾ ਸਾਲਾ ਜਿਹੜਾ ਤਿੰਨ ਪੰਜ ਕਹੂਗਾ। ਜਿਹੜੀ ਮਾਰ 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 ਮਾਰ, ਜਿਹੜੀ ਮਾਰ ਮਾਰ ਲਾਸ਼ਾ ਪਾ ਦੂ ਬੱਲੀਏ, ਤੇਰੀ ਬੇਬਿਆ ਕੋਈ ਚਿੰਤਾ ਨਹੀਂ। ਮੇਰੇ ਦੋਸਤ ਨੇ, ਸਾਡੀ ਪਾਰਟੀ ਚੱਲ ਰਹੀ ਹੈ, ਪਲੀਜ਼ ਲੀਵ। ਮੇਰੇ ਦੁਸ਼ਮਣ ਨੇ, ਮੇਰਾ ਡਿਵੋਰਸ ਕੇਸ ਚੱਲ ਰਿਹਾ, ਪਲੀਜ਼ ਲੀਵ। ਤੁਸੀਂ ਰੁਕੋ, ਰਣਬੀਰ ਤੂੰ ਜਾ। ਮੈਂ ਨਹੀਂ ਕਿਤੇ ਜਾਂਦਾ, ਇਹਨਾਂ ਸੰਗਤਾਂ ਨੂੰ ਕਹਿ ਜਗਰਾਤਾ ਖਤਮ ਹੋ ਗਿਆ, ਵਧੋ ਹੁਣ। ਕੋਈ ਨਹੀਂ ਜਾਏਗਾ, ਤੂੰ ਜਾ। ਇਹ ਮੇਰਾ ਘਰ, ਸੋ ਮੇਰੀ ਮਰਜ਼ੀ ਚੱਲੂ। ਤੁਸੀਂ ਜਾਂਦੋ ਕਿ ਪੰਜਾਬੀ ਚ ਸਮਝਾਵਾਂ? ਤੂੰ ਕਿਸੇ ਵੀ ਹਾਲ ਚ ਨਹੀਂ ਜਿੱਤੇਗਾ ਮੈਥੋਂ। ਹੁਣ ਤਾਂ ਜਿੱਤ ਹਾਰ ਦੀ ਗੇਮ ਹੋ ਕੇ ਰਹੂਗੀ। ਕੋਈ ਨਹੀਂ ਜਾਏਗਾ, ਤੇਰੀ ਇਸ ਹਰਕਤ ਤੋਂ ਮੈਂ ਨਹੀਂ ਡਰਨ ਵਾਲੀ। Thank you.
मिस हो गया। चल कोई नहीं, वैसे भी प्यास लगी सी, पानी पी लूंगा। Thank you.